फिर एक दिन मैं इन्हों की वीडियो रिकॉर्ड कर ली। तो तुसी ये वीडियो क्यों बनाई उन्हों की? ये सर हरकत करके इस तरह दिया मुकर जाते करके वीडियो बनाई सी। कपड़े ला के जिहड़ा बिलकुल अपने आप नूं मतलब किसी स्त्री की लज्जा भंग करन दा पता नहीं इन्हां नूं हक किन्ने दे दिता। सब तो वड्डा सका भरा है जी। बहुत ज़्यादा धमकियां और अश्लील हरकत जिहड़ियां ने वो तुहाडे माध्यम दे नाल वो सारयां दे अगे जिहड़ियां ने वो पेश के मतलब कर रहे हां नाल ते वो तुसीं आप देख लो। तुसीं वो सर हटदे नहीं से जो गवांडी साडे ने ये आंदे जांदे सानूं परेशान करदे सीगे हरास करदे सीगे। फिर एक दिन मैं इन्हां दी वीडियो रिकॉर्ड कर ली ते वो वीडियो ही है सर। ਮਾੜੀਆਂ ਚੰਗੀਆਂ ਗੈਬ ਕਰਾ ਦਾਂਗੇ ਯੇ ਉਹ ਇਸ ਤਰ੍ਹਾਂ ਦੀਆਂ। ਤੇ ਤੁਸੀਂ ਇਹ ਵੀਡੀਓ ਕਿਉਂ ਬਣਾਈ ਉਹਨਾਂ ਦੀ? ਇਹ ਸਰ ਹਰਕਤਾਂ ਕਰਕੇ ਇਸ ਤਰ੍ਹਾਂ ਦੀਆਂ ਮੁੱਕਰ ਜਾਂਦੇ ਸੀ ਤਾਂ ਕਰਕੇ ਵੀਡੀਓ ਬਣਾਈ ਸੀ ਵੀ ਮੁੱਕਰ ਨਾ ਸਕਣ। ਤੁਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਆ ਵੀਡੀਓ ਦੇ ਬਾਰੇ? ਸਾਰਾ ਕੁਛ ਦਿੱਤਾ ਸਰ। ਕੀ ਪੁਲਿਸ ਕੀ ਕਹਿ ਰਹੀ ਹੈ? ਕੋਈ ਕਾਰਵਾਈ ਹੋਈ ਹੋਵੇ? ਉਹ ਕਹਿੰਦੇ ਕਰਾਂਗੇ ਪਰ ਹਾਲੇ ਤੱਕ ਕੁਛ ਹੋਇਆ ਨਹੀਂ ਸਾਨੂੰ, ਕੋਈ ਰਿਜ਼ਲਟ ਨਜ਼ਰ ਆਇਆ ਨਹੀਂ। ਕੱਪੜੇ ਲਾ ਕੇ ਜਿਹੜਾ ਬਿਲਕੁਲ ਆਪਣੇ ਆਪ ਨੂੰ ਮਤਲਬ ਕਿਸੇ ਇਸਤਰੀ ਦੀ ਲੱਜਾ ਭੰਗ ਕਰਨ ਦਾ ਪਤਾ ਨਹੀਂ ਇਹਨਾਂ ਨੂੰ ਹੱਕ ਕਿੰਨੇ ਦੇ ਦਿੱਤਾ। ਸਰ ਜਿਹਨਾਂ ਦੇ ਕੱਪੜੇ ਉਤਾਰੇਗੀ ਉਹ ਤੁਹਾਡੀ ਕੀ ਲੱਗਦੀ? ਉਹ ਮੇਰਾ ਸਭ ਤੋਂ ਵੱਡਾ ਸਕਾ ਭਰਾ ਹੈ ਜੀ। ਉਹ ਇਹਨਾਂ ਦਾ ਜੇਠ ਹੈ। ਉਹ ਇੱਥੇ ਰਹਿੰਦੇ ਜੀ? ਨਹੀਂ ਉਹ ਇੱਥੇ ਨਹੀਂ ਰਹਿੰਦਾ ਜੀ। ਉਹਨਾਂ ਦਾ ਬੇਟਾ ਇੱਥੇ ਰਹਿੰਦਾ ਔਰ ਇਹਨਾਂ ਦਾ ਬੇਟਾ ਜਿਹੜਾ ਉਹ ਹੀ ਇਹ ਕੰਮ ਕਰਾਉਂਦਾ ਹੈ। ਉਹ ਆਪਣੇ ਪਾਸ ਆ ਕਿਉਂਕਿ ਉਹ ਚਾਬੀ ਇੱਥੇ ਦੇ ਦਿੰਦਾ ਇਹਨਾਂ ਨੂੰ। ਇਹ ਅੰਦਰ ਸ਼ਰਾਬਾਂ ਸ਼ਰੂਬਾਂ ਪੀ ਕੇ ਇੱਕ ਮੇਰਾ ਬ੍ਰਦਰ ਹੈ ਜਿਹੜਾ ਨਾਲ ਦੇ ਪਾਸੇ ਰਹਿੰਦਾ ਹੈ ਪੌਲ ਨਥੈਨੀਅਲ, ਉਹ ਵੀ ਇਹਦੇ ਨਾਲ ਹੈ। ਇਹ ਸ਼ਰਾਬ ਸ਼ਰੂਬ ਪੀ ਕੇ ਇੱਥੇ ਕਰਦੇ ਨੇ। ਇਸੇ ਦੇ ਚੱਲਦੇ ਮੈਂ ਸੀਸੀ ਕੈਮਰੇ ਲਗਾਏ। ਹੁਣ ਤੁਸੀਂ ਕੀ ਮੰਨ ਕਰਦੇ ਹੋ ਜੀ? ਉਹ ਮੇਰੇ ਫਾਦਰ ਹੀ ਹੈ ਪਰ ਆਪਾਂ ਬੜੇ ਸਾਲਾਂ ਤੋਂ ਨਾਲ ਨਹੀਂ ਰਹਿ ਰਹੇ। ਮੈਂ ਆਪਣਾ ਆਪ ਹੀ ਸਟੈਂਡ ਕੀਤਾ, ਮੈਂ ਅਤੇ ਮੇਰੇ ਬ੍ਰਦਰ ਨੇ, ਠੀਕ ਹੈ। ਅਤੇ ਜਦੋਂ ਤੱਕ ਮੇਰਾ ਕੋਈ ਲੈਣਾ ਦੇਣਾ ਹੈ ਨਹੀਂ ਹੈ। ਗਲੀ 'ਚ ਬੜੇ ਜਣਿਆਂ ਦੀ ਵੀਡੀਓ ਬਣਾਈ ਜਾ ਰਹੀ ਆ ਇਹਨਾਂ ਤੋਂ ਹੀ, ਮੇਰੀ ਵੀ 2 ਸਾਲ ਤੋਂ, ਉਹਨਾਂ ਦੀ ਵੀ 2 ਸਾਲ ਤੋਂ ਬਣਾਈ ਜਾ ਰਹੀ ਆ। ਅਤੇ ਤੁਸੀਂ ਇਹੋ ਜਿਹੀ ਕੋਈ ਵੀਡੀਓ ਮੀਡੀਆ ਸਾਹਮਣੇ ਪੇਸ਼ ਕਰ ਸਕਦੇ ਹੋ? ਸਰ ਜਦੋਂ ਕੋਈ ਹੋਰ ਬਣਾ ਰਿਹਾ ਵਾ ਤਾਂ ਹਾਰ ਕੇ ਮੈਨੂੰ ਕੈਮਰਾ ਤਦੇ ਲਵਾਉਣਾ ਪੈ, ਨਹੀਂ ਤਾਂ ਆਪਣੇ ਘਰ ਲੱਗੇ ਕੌਣ ਕੈਮਰਾ? ਕੈਮਰਾ ਲੱਗਾ ਵਾ ਕਿਸੇ ਛੋਟੇ ਹੀ ਫਾੜ ਕੇ ਕਾਗਜ਼ ਕਿ ਮੇਰੀ ਆਂਡੀਆਂ ਗੁਆਂਢੀਆਂ ਨਾਲ ਲੜਾਈ ਹੋ ਜਾਣਾ। ਫਿਰ ਮੈਂ ਨਿੰਦੇ ਪ੍ਰਧਾਨ ਜੀ ਕੋਲ ਚਲ ਗਿਆ, ਮੈਂ ਕਿਹਾ ਕੈਮਰੇ 'ਚ ਤੁਸੀਂ ਵੇਖੋ ਕੌਣ ਸੀ। ਕਹਿੰਦੇ ਕਿ ਸਫਾਈ ਵਾਲਾ ਸੀ ਇਹਨਾਂ ਨੇ ਕਿਹਾ। ਮੈਂ ਸਫਾਈ ਵਾਲੇ ਨੂੰ ਪੁੱਛਦਾ, ਕਹਿੰਦਾ ਭਾਅ ਜੀ ਮੇਰਾ ਕੀ ਕੰਮ ਹੈ।